ਸਾਡੇ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਜਿਹੜੀਆਂ ਬੁਨਿਆਦੀ ਸਹੂਲਤਾਂ ਲੋਕਾਂ ਤੱਕ ਪਹੁੰਚਾਉਣੀਆਂ ਅੱਜ ਸਾਰੇ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਹੋਈ ਹੈ ਕਟੋਕਟਨੀ ਤੇ 42 ਵਿਭਾਗ ਜਿਹੜੇ ਨੇ ਆਪਾਂ ਉਹਨਾਂ ਨਾਲ ਮੀਟਿੰਗ ਕਰ ਚੁੱਕੇ ਹਾਂ ਸਵੇਰ ਦੀ ਹੁਣ ਤੱਕ ਮੈਂ ਇੱਕ ਚੀਜ਼ ਤੋਂ ਦੇਖ ਕੇ ਹੈਰਾਨ ਆ ਵੀ ਅਸਲ ਦੇ ਵਿੱਚ ਜੋ ਸਹੂਲਤਾਂ ਗਰਾਊਂਡ ਲੈਵਲ ਤੱਕ ਜਾਣੀਆਂ ਚਾਹੀਦੀਆਂ ਪਹੁੰਚੀਆਂ ਨਹੀਂ ਹੁਣ ਸਾਡੀ ਕੋਸ਼ਿਸ਼ ਇਹ ਹੈ ਵੀ ਜਿਹੜੀਆਂ ਸਹੂਲਤਾਂ ਜਿਹੜੀਆਂ ਪਹੁੰਚਾਉਣੀਆਂ ਨੇ ਆਪਾਂ ਪਿੰਡਾਂ ਦੇ ਵਿੱਚ ਕੈਂਪ ਲਾਈਏ ਆਪਾਂ ਸ਼ਹਿਰ ਦੇ ਵਿੱਚ ਕੈਂਪ ਲਾਈਏ ਦੂਰ ਕੀ ਜਾਣਾ ਆਪਾਂ ਆ ਇਲਾਜ ਵਾਲੇ ਕਾਰ ਜਿਹੜੇ ਬਣਦੇ ਕਈ ਲੋਡ ਅਨਸਾਰ ਲੋਕ ਨੇ ਉਹਨਾਂ ਕੋ ਇਹ ਵੀ ਨਹੀਂ ਹਲੇ ਤੱਕ ਬਣਾਏ ਗਏ ਬੇहद ਜ਼ਰੂਰੀ ਸਹੂਲਤਾਂ ਫਿਰ ਇੱਥੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਲੇਬਰ ਕਾਰਡ ਬਣਦਾ ਜੇ ਲੇਬਰ ਕਾਰਡ ਜਿਹੜਾ ਉਹ ਕਟੋ ਕਟਨੀ ਜੇਕਰ ਨੂੰ ਕਿਸੇ ਲੇਬਰ ਦੇ ਕੰਮ ਕਰਦੇ ਆ ਉਹਦੀ ਡੈਥ ਹੋ ਜਾਂਦੀ ਸਰਕਾਰ ਵੱਲੋਂ 2 ਲੱਖ ਰੁਪਈਆ ਉਹਨੂੰ ਮਹਗਿਆ ਕਰਾਇਆ ਜਾਂਦਾ ਪਰ ਪ੍ਰੋਬਲਮ ਇਹ ਹੈ ਲੇਬਰ ਵਾਲਿਆਂ ਦਾ ਪਤਾ ਹੀ ਨਹੀਂ ਸੋ ਇਸ ਕਰਕੇ ਅੱਜ ਜਿਹੜੀਆਂ ਮੀਟਿੰਗਾਂ ਹੋਈਆਂ ਬੜਾ ਕੁਝ ਨਿਕਲ ਕੇ ਸਾਹਮਣੇ ਆਇਆ ਔਰ ਆਉਣ ਵਾਲੇ ਸਮੇਂ ਨੂੰ ਇਹ ਜਿਹੜੀਆਂ ਸੁਵਿਧਾਵਾ ਨੇ ਆਪਾਂ ਲੋਕਾਂ ਤੱਕ ਪਹੁੰਚਾਵਾਂਗੇ ਅੱਜ ਅਹਿਮ ਮੀਟਿੰਗ ਦਾ ਅਜੰਡਾ ਏਸੀ ਸਾਡਾ ਸਰ ਕਿਹੜੇ ਕਿਹੜੇ ਪ੍ਰੋਜੈਕਟ ਤੇ ਆ ਰਹੇ ਪ੍ਰੋਜੈਕਟ ਜਿਹੜੇ ਨੇ ਦੇਖੋ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਗੱਲ ਕਰੀਏ ਤੇ ਆਉਣ ਵਾਲੇ ਸਮੇਂ ਨੂੰ ਵਧੀਆ ਡਿਵੈਲਪਮੈਂਟ ਲੈ ਕੇ ਆਵਾਂਗੇ ਨਵੀਆਂ-ਨਵੀਆਂ ਸਾਰੀ ਸੋਚਾਂ ਸੋਚੀਆਂ ਨੇ ਔਰ ਸਾਡਾ ਬਟਾਲਾ ਜਿਹੜਾ ਇੰਡਸਟਰੀ ਦੀ ਹੱਬ ਮੰਨਿਆ ਜਾਂਦਾ ਪਟਾਲਾ ਸਾਡਾ ਇਤਿਹਾਸਿਕ ਜਿਹੜਾ ਸ਼ਹਿਰ ਹੈ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਸੋ ਇਹਦੇ ਵਿੱਚ ਆਉਣ ਵਾਲੇ ਸਮੇਂ ਨੂੰ ਸਾਡੀ ਦੇ ਇੱਕੋ ਸੋਚ ਹੈ ਕਰਕੇ ਫਿਰ ਦਸੀਏ ਪਹਿਲਾਂ ਨਾ ਦਸੀਏ ਪਹਿਲਾਂ ਤੇ ਸਾਰੇ ਦੱਸ ਦੇਦੇ ਪਰ ਜੇ ਕਰਕੇ ਦਸਾਂਗੇ ਉਹਦਾ ਇੱਕ ਮੈਸੇਜ ਹੋਰ ਵਧੀਆ ਜਾਊਗਾ ਜਿਹੜੇ ਕੰਮ ਹੋਣੇ ਨੇ ਉਹਨਾਂ ਦੇ ਫੰਡਿੰਗ ਆਪਣੇ ਸਿਰ ਹੋਈਦਾ ਨਵੇਂ ਦੇ ਅ ਦੇਖੋ ਜੀ ਫੰਡਿੰਗ ਹੁਣ ਨਵੀਂ ਸਰਕਾਰ ਨਵਾਂ ਸਿਸਟਮ ਹੈ ਨਵੀਂ ਅਫਸਰਸ਼ਾਹੀ ਹੈ ਸਾਰਾ ਜਿਹੜਾ ਕੰਮ ਹੈ ਹੁਣ ਨਵੇਂ ਸਿਰੋਂ ਚੱਲੂਗਾ ਸੋ ਨਵੇਂ ਸਿਰੋਂ ਸਾਰਾ ਕੰਮ ਸ਼ੁਰੂ ਸਰ ਦਿੱਲੀ ਮੁੱਖ ਮੰਤਰੀ ਤੇ ਪੰਜਾਬ ਮੁੱਖ ਮੰਤਰੀ ਜਿਹੜੀ ਨੌਲੇਜ ਹੁੰਦਾ ਅਸੇਵੋ ਦੇਖੋ ਜੀ ਮੈਨੂੰ ਇਹਦੇ ਬਾਰੇ ਹੁਣੇ ਪਤਾ ਲੱਗਾ ਬਟ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾਂ ਵੀ ਇਹਦੇ ਵਿੱਚ ਵੀ ਇੱਕ ਬੜੀ ਵਧੀਆ ਗੱਲ ਹੈ ਵੇਖੋ ਜੋ ਪੰਜਾਬ ਲਈ ਬਿਹਤਰੀਨ ਹੈ ਉਹ ਆਪਾਂ ਦਿੱਲੀ ਦੇ ਵਿੱਚ ਦੇਈਏ ਜੋ ਦਿੱਲੀ ਲਈ ਬਿਹਤਰੀਨ ਹੈ ਉਹ ਪੰਜਾਬ ਚ ਲੈ ਕੇ ਆਈਏ ਜਿ ਤਰ੍ਹਾਂ ਹੁਣ ਆਪਾਂ ਪੰਜਾਬ ਦੇ ਵਿੱਚ ਇਲੈਕਸ਼ਨ ਲੜੀ ਹੈ ਦਿੱਲੀ ਦੇ ਸਕੂਲਾਂ ਦੀ ਗੱਲ ਕਰਕੇ ਲੜੀ ਹੈ ਪੰਜਾਬ ਦੇ ਵਿੱਚ ਇਲੈਕਸ਼ਨ ਲੜੀ ਹੈ ਮੋਹੱਲਾ ਕਲੀਨਿਕਾਂ ਦੇ ਸਿੱਤੇ ਲੜੀ ਹੈ ਹਸਪੀਟਲ ਦੇ ਬਿਹਾਰ ਤੇ ਲੜੀ ਹੈ ਉਹ ਬਜ਼ੁਰਗਾਂ ਦੀ ਪੈਨਸ਼ਨ ਦੇ ਬਿਹਾਰ ਤੇ ਵੀ ਸੋ ਕਹਿਣ ਦਾ ਭਾਵ ਦਿੱਲੀ ਦੀ ਤਰਜ਼ ਦੇ ਉੱਤੇ ਅਸੀਂ ਪੰਜਾਬ ਦੇ ਵਿੱਚ ਸਰਵਾਈਵ ਕੀਤੇ ਲੋਕਾਂ ਨੇ ਸਾਨੂੰ ਮਾਣ ਬਖਸ਼ਿਆ ਹੁਣ ਜੋ ਉੱਥੋਂ ਦਾ ਸਿਸਟਮ ਵਧੀਆ ਵਾ ਆਪਾਂ ਇੱਥੇ ਲੈ ਕੇ ਆਵਾਂਗੇ ਪੰਜਾਬ 'ਚ ਜੋ ਪੰਜਾਬ ਦਾ ਸਿਸਟਮ ਵਧੀਆ ਵਾ ਉਹ ਸਮਝੌਤੇ ਦੇ ਅਕੋਰਡਿੰਗ ਉਧਰ ਜਾਂਦਾ ਤੇ ਦੋਵਾਂ ਸਟੇਟਾਂ ਦੇ ਵਿੱਚ ਖੁਸ਼ਹਾਲੀ ਖੁਸ਼ਹਾਲੀ ਹੈ ਇੱਕ ਜਿਹੜੀ ਗੱਲ ਕਿਤੇ ਲੇਬਰ ਕਾਰਡ ਦੀ ਲੇਬਰ ਗੱਲ ਤੁਸੀਂ ਕਿਹਾ ਪਰ ਚਾਲੂ ਕਰਨੀ ਜਾ ਰਹੇ ਹੋ ਠੀਕ ਹੈ ਇਹ ਲੇਬਰ ਕਾਰਡ ਸਿਰ ਵਿਆੜੀ ਦਾ ਸਪੱਸ਼ਟ ਬੋਲ ਰਿਹਾ ਕਿ ਜਿਹੜੇ ਆਪਣਾ ਲਿਮਟਿਡ ਕੰਪਨੀ ਦੇ ਵਿੱਚ ਕੰਮ ਕਰਦੇ ਆ। ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਲੋੜਵੰਦ ਬੰਦੇ ਹੁਣ ਜੇ ਲਿਮਟਿਡ ਕੰਪਨੀਆਂ ਦੇ ਵਿੱਚ ਵੀ ਕੰਮ ਕੋਈ ਦਿਹਾੜੀ ਦਾ ਕਰਦਾ ਤੇ ਹੈ ਤੇ ਉਹ ਦਿਹਾੜੀਦਾਰ ਹੀ ਆ ਨਾ ਇਹ ਲੋੜਵੰਦ ਬੰਦਿਆਂ ਦੇ ਬਣਨਗੇ ਜਿਹੜੀਆਂ ਇਹ ਸਹੂਲਤਾਂ ਨੇ ਇਹ ਉਹਨਾਂ ਪਰਿਵਾਰਾਂ ਤੱਕ ਪਹੁੰਚਣਗੇ ਜਿਨ੍ਹਾਂ ਨੂੰ ਵਾਕਿਆ ਨੀਡ ਹੈ ਜਿਨ੍ਹਾਂ ਨੂੰ ਲੋੜ ਹੈ।